ਕਿਸਾਨ ਆਗੂ ਬਲਵیر ਸਿੰਘ ਰਾਜੇਵਾਲ ਹੋਰਾਂ ਦੇ ਉੱਪਰ ਇੱਕ ਵਾਰ ਫਿਰ ਤੋਂ ਸਵਾਲ ਖੜੇ ਕੀਤੇ ਗਏ ਨੇ ਸਵਾਲ ਖੜੇ ਕੀਤੇ ਨੇ ਦੀਪ ਸਿੱਧੂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਬਹੁਤ ਚਰਚੇਤ ਹੋਈ ਸੀ ਕਿ ਇੱਕ ਚਿੱਠੀ ਜਿਹੜੀ ਆ ਕਿਸਾਨ ਆਗੂਆਂ ਵੱਲੋਂ ਮੋਰਚੇ ਦੇ ਦੌਰਾਨ ਸੈਂਟਰ ਸਰਕਾਰ ਨੂੰ ਲਿਖੀ ਜਾਂਦੀ ਹੈ ਜਿਸ ਦੇ ਉੱਪਰ ਜਿਹੜਾ ਹੈਗਾ ਆ ਕਾਨੂੰਨਾਂ ਨੂੰ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ ਗੱਲ ਆਖੀ ਜਾਂਦੀ ਹੈ ਕਿ ਕਾਨੂੰਨਾਂ ਦੇ ਵਿੱਚ ਭਈ ਸੋਧ ਕੀਤੀ ਜਾਵੇ ਸੋਧ ਦੇ ਉੱਪਰ ਮੰਨਣ ਦੀ ਗੱਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਬਲਵیر ਸਿੰਘ ਰਾਜੇਵਾਲ ਹੋਰਾਂ ਦਾ ਨਾਮ ਅਤੇ ਕੋਨਾ ਕਿਸਾਨਾਂ ਗੋ ਦਾ ਨਾਮ ਜਿਹੜਾ ਆ ਉਹ ਸਾਹਮਣੇ ਆਉਂਦਾ ਪਰ ਮੌਜੂਦਾ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਇੱਕ ਚਿੱਠੀ ਜਿਹੜੀ ਆ ਉਸ ਦੀ ਤਸਵੀਰ ਇੱਕ ਤਸਵੀਰ ਜਿਹੜੀ ਹੈਗੀ ਹੈ ਵਾਇਰਲ ਹੁੰਦੀ ਆ ਉਹ ਤਸਵੀਰ ਤਸਵੀਰ ਦੇ ਵਿੱਚ ਜਿਹੜਾ ਸਾਫਤ ਦਿਖਾਈ ਦੇ ਰਿਹਾ ਕਿ ਚਿੱਠੀ ਜਿਹੜੀ ਆ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹੁਰਾ ਨੂੰ ਲਿਖੀ ਗਈ ਆ ਅਤੇ ਚਿੱਠੀ ਆਪਣੇ ਪੇਜ ਦੇ ਉੱਪਰ ਚਿੱਠੀ ਦੀ ਤਸਵੀਰ ਨੂੰ ਪਾ ਕੇ ਦੀਪ ਸਿੱਧੂ ਨੇ ਜਵਾਬ ਮੰਗਿਆ ਦੀਪ ਸਿੱਧੂ ਨੇ ਜਵਾਬ ਰਾਜੇਵਾਲ ਹੌਲਾ ਤੋਂ ਮੰਗਿਆ ਕਿਸਾਨਾਂ ਗੋ ਬਲਵੀਰ ਸਿੰਘ ਰਾਜੇਵਾਲ ਉਹਨਾਂ ਨੇ ਉਹਨਾਂ ਨੇ ਆਖਿਆ ਕਿ ਸੋਧਾਂ ਦੇ ਉੱਪਰ ਮੰਨੇ ਜਾਣ ਵਾਲੀ ਚਿੱਠੀ ਦੇ ਤਤ ਤੇ ਚਾਨਣਾ ਜ਼ਰੂਰ ਪਾਓ ਅਤੇ ਸਟੇਜ ਦੇ ਉੱਪਰੋਂ ਜੋ ਗਦਾਰ ਦੇ ਸਰਟੀਫਿਕੇਟ ਵੰਡੇ ਗਏ ਸੀ ਉਹ ਕਿਸ ਆਧਾਰ ਤੇ ਵੰਡੇ ਗਏ ਸੀ ਇੱਥੇ ਦੱਸਦੇ ਚੱਲੀਏ ਕਿ 26 ਜਨਵਰੀ ਤੋਂ ਬਾਅਦ ਜਿਹੜਾ ਆ ਕੁਝ ਨੌਜਵਾਨਾਂ ਨੂੰ ਸਟੇਜ ਦੇ ਉੱਪਰੋਂ ਜਿਹੜਾ ਆ ਗਦਾਰ ਆਖ ਦਿੱਤਾ ਗਿਆ ਸੀ ਕਿ ਜਿਹੜੇ ਨੇ ਇਹ ਗਦਾਰ ਨੇ ਪਰ ਹੁਣ ਦੀ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੀ ਇੱਕ ਚਿੱਠੀ ਹੈ ਉਹ ਵਾਇਰਲ ਹੋ ਰਹੀ ਹੈ ਚਿੱਠੀ ਦੇ ਵਿੱਚ ਜਿਹੜੇ ਹੈਗੇ ਆ ਕਾਨੂੰਨਾਂ ਦੀ ਸੋਧ ਦੀ ਗੱਲ ਆਕੀ ਗਈ ਹੈ ਇਹਦੇ ਵਿੱਚ ਇੱਕ ਚਿੱਠੀ ਦੇ ਵਿੱਚ ਸਾਫ਼-ਸਾਫ਼ ਆਕਿਆ ਗਿਆ ਕਿ ਇੱਕ ਖੇਤੀ ਕਾਨੂੰਨ ਨੂੰ ਕਾਨੂੰਨ ਨੂੰ ਜਿਹੜਾ ਆ ਉਹ ਰੱਦ ਕਰ ਦਿੱਤਾ ਜਾਵੇ ਅਤੇ ਇੱਕ ਖੇਤੀ ਕਾਨੂੰਨ ਨੂੰ ਸਟੇਟ ਦੇ ਪੱਬੂ ਸੂਬਾ ਸਰਕਾਰਾਂ ਦੇ ਉੱਪਰ ਛੱਡ ਦਿੱਤਾ ਜਾਵੇ ਅਤੇ ਤੀਜੇ ਖੇਤੀ ਕਾਨੂੰਨ ਦੇ ਲਈ ਜਿਹੜੀ ਹੈਗੀ ਆ ਕਮੇਟੀ ਬਣਾਈ ਜਾਵੇ ਉਸ ਨੂੰ ਸਟੇ ਕੀਤਾ ਜਾਵੇ ਹਾਲਾਂਕਿ ਐਮਐਸਪੀ ਦੀ ਗੱਲ ਜਿਹੜੀ ਆ ਇਸ ਚਿੱਠੀ ਦੇ ਵਿੱਚ ਕੀਤੀ ਗਈ ਆ ਇਸ ਤੋਂ ਪਹਿਲਾਂ ਵੀ ਜਿਹੜੇ ਹੈਗੇ ਆ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਗੱਲ ਕਰਦੇ ਦਿਖਾਈ ਦਿੰਦੇ ਨੇ ਇੱਕ ਚਿੱਠੀ ਦੀ ਮੀਡੀਆ ਦੇ ਵਿੱਚ ਉਹਨਾਂ ਵੱਲੋਂ ਗੱਲ ਕੀਤੀ ਜਾਂਦੀ ਹੈ ਕਿ ਇੱਕ ਚਿੱਠੀ ਜਿਹੜੀ ਆ ਕੇਂਦਰ ਸਰਕਾਰ ਨੂੰ ਲਿਖੀ ਗਈ ਆ ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਇਹ ਚਿੱਠੀ ਜਿਹੜੀ ਹੈਗੀ ਆ ਉਹ ਕੁਝ ਕੁ ਕਿਸਾਨਾਂ ਆਗੂਆਂ ਵੱਲੋਂ ਲਿਖੀ ਗਈ ਆ ਉਹਨਾਂ ਦੇ ਨਾਮ ਵੀ ਜਿਹੜੇ ਹੈਗੇ ਆ ਉਹ ਨਸ਼ਰ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਮੁਰੀ ਤੌਰ ਤੇ ਨਾਮ ਜਿਹੜਾ ਆ ਉਹ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਆਉਂਦਾ ਸੀ ਇਸ ਚਿੱਠੀ ਦੇ ਵਿੱਚ ਜਿਹੜਾ ਹੈ ਜਿੱਥੇ ਇੱਕ ਕਾਨੂੰਨ ਨੂੰ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਗੱਲ ਆਖੀ ਗਈ ਸੀ ਇੱਕ ਕਾਨੂੰਨ ਨੂੰ ਜਿਹੜਾ ਹੈ ਸਟੇਟ ਦੇ ਸਹਾਰੇ ਛੱਡਿਆ ਜਾਵੇ ਇਸ ਦੀ ਗੱਲ ਆਖੀ ਗਈ ਸੀ ਅਤੇ ਉੱਤੇ ਹੀ ਤੀਜੇ ਕਾਨੂੰਨ ਨੂੰ ਜਿਹੜੀ ਹੈ ਉਸ ਦੇ ਲਈ ਸਟੇ ਵੀ ਮੰਗੀ ਮੰਗੀ ਗਈ ਸੀ ਕਿ ਇਹ ਕਾਨੂੰਨ ਜਿਹੜਾ ਹੈ ਇਸ ਦੇ ਲਈ ਕਮੇਟੀ ਬਣਾਈ ਜਾਵੇ ਤੇ ਐਮਐਸਪੀ ਜਿਹੜਾ ਹੈਗਾ ਐਮਐਸਪੀ ਦੀ ਗਾਰੰਟੀ ਦੀ ਵੀ ਗੱਲਬਾਤ ਇਸ ਚਿੱਠੀ ਦੇ ਵਿੱਚ ਜਿਹੜੀ ਆ ਕੀਤੀ ਗਈ ਸੀ ਜੇਕਰ ਇਸ ਚਿੱਠੀ ਦੀ ਗੱਲ ਕਰੀਏ ਤਾਂ ਇਸ ਚਿੱਠੀ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਪਰ ਤਿੰਨੇ ਖੇਤੀ ਕਾਨੂੰਨਾਂ ਨੂੰ ਪੂਰਨ ਰੂਪ ਦੇ ਵਿੱਚ ਰੱਦ ਕਰਨ ਦੀ ਗੱਲ ਨਹੀਂ ਕੀਤੀ ਗਿਆ ਹਾਲਾਂਕਿ ਕਿਸਾਨਾਂ ਆਗੂ মিডিਆ ਦੇ ਅੱਗੇ ਕੈਮਰੇ ਦੇ ਉੱਤੇ ਅਤੇ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਇਹ ਕਹਿੰਦੇ ਦਿਖਾਈ ਦਿੱਤੇ ਕਿ ਕਾਨੂੰਨ ਜਿਹੜੇ ਆ ਉਹ ਰੱਦ ਕਰਵਾ ਕੇ ਹੀ ਵਾਪਸ ਜਾਣਾ ਆ ਪਰ ਉਸ ਤੋਂ ਬਾਅਦ ਇੱਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਕਿਸਾਨਾਂ ਦੀ ਗਿਣਤੀ ਜਿਹੜੀ ਹੈਗੀ ਆ ਕਿਸਾਨ ਅੰਦੋਲਨ ਦੇ ਵਿੱਚ ਕਟਣੀ ਸ਼ੁਰੂ ਹੋਈ ਤਾਂ ਉਸ ਉਸ ਮੇਲੇ ਜਿਹੜੀ ਹੈਗੀ ਆ ਉਸ ਤੋਂ ਬਾਅਦ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਕਿਸਾਨਾਂ ਨੂੰ ਚਾਹੁੰਦੇ ਨੇ ਸਰਕਾਰ ਦੇ ਨਾਲ ਮੀਟਿੰਗ ਕਰਨੀ ਪਰ ਸਰਕਾਰ ਮੀਟਿੰਗ ਨਹੀਂ ਕਰ ਰਹੀ ਤਾਂ ਉਸ ਤੋਂ ਬਾਅਦ ਦੀ ਜੇਕਰ ਗੱਲ ਕਰੀਏ ਤਾਂ ਇੱਕ ਚਿੱਠੀ ਦੀ ਚਰਚਾ ਹੋਈ ਕਿ ਇੱਕ ਚਿੱਠੀ ਜਿਹੜੀ ਹੈਗੀ ਆ ਉਹ ਕੁਝੂ ਕਿਸਾਨਾਂ ਆਗੂਆਂ ਵੱਲੋਂ ਜਿਹੜੀ ਹੈਗੀ ਆ ਉਹ ਗ੍ਰਹਿ ਮੰਤਰਾਲੇ ਨੂੰ ਲਿਖੀ ਗਈ ਆ ਕੇਂਦਰ ਸਰਕਾਰ ਨੂੰ ਜਿਹੜੀ ਹੈਗੀ ਚਿੱਠੀ ਲਿਖੀ ਗਈ ਆ ਜਿਸ ਦੇ ਵਿੱਚ ਇਹ ਗੱਲਬਾਤ ਹੋਈ ਆ ਤੇ ਹੁਣ ਦੇ ਸਮੇਂ ਦੇ ਵਿੱਚ ਜਿਹੜੀ ਹੈ ਇਹ ਚਿੱਠੀ ਵਾਇਰਲ ਹੋ ਰਹੀ ਹੈ ਜਿਸ ਤੇ ਜਿਹੜਾ ਹੈਗਾ ਆ ਸਵਾਲ ਉਠਾਏ ਨੇ ਦੀਪ ਸਿੱਧੂ ਨੇ ਸਵਾਲ ਉਠਾਏ ਨੇ ਇੱਥੇ ਵੀ ਦੱਸਦੇ ਚ ਅਮਰਜੀਤ ਸਿੰਘ ਰਾੜਾ ਵੱਲੋਂ ਵੀ ਸਵਾਲ ਉਠਾਏ ਗਏ ਨੇ ਇਹ ਸਵਾਲ ਇਕੱਲੇ ਦੀਪ ਸਿੱਧੂ ਵੱਲੋਂ ਨਹੀਂ ਅਮਰਜੀਤ ਸਿੰਘ ਰਾੜਾ ਵੱਲੋਂ ਵੀ ਉਠਾਏ ਗਏ ਨੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਨੇ ਅ ਅਮਰਜੀਤ ਸਿੰਘ ਰਾੜਾ ਉਹਨਾਂ ਵੱਲੋਂ ਵੀ ਸਵਾਲ ਜਿਹੜੇ ਹੈਗੇ ਨੇ ਉਹ ਉਠਾਏ ਗਏ ਨੇ ਕਿ ਨਾ ਜਿਹੜੀ ਇਹ ਚਿੱਠੀ ਲਿਖੀ ਗਈ ਸੀ ਇਸ ਦੇ ਉੱਪਰ ਜਿਹੜਾ ਸਪਸ਼ਟੀਕਰਨ ਜ਼ਰੂਰ ਦਿੱਤਾ ਜਾਵੇ ਇੱਥੇ ਦੱਸਦੇ ਚਲੇ ਕਿ ਸੰਯੁਕਤ ਸਮਾਜ ਮੋਰਚੇ ਦੇ ਰੂਪ ਦੇ ਵਿੱਚ 22 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਰਾਜਨੀਤਿਕ ਮੈਦਾਨ ਦੇ ਵਿੱਚ ਆ ਗਈਆਂ ਨੇ ਹਾਲਾਂਕਿ ਬਹੁਤੇ ਕਿਸਾਨ ਜਥੇਬੰਦੀਆਂ ਨੇ ਇਹਨਾਂ ਦਾ ਇਸ ਚੀਜ਼ ਦਾ ਵਿਰੋਧ ਵੀ ਕੀਤਾ ਇਹਨਾਂ ਨੂੰ ਗਲਤ ਵੀ ਦੱਸਿਆ ਆ ਪਰ ਬਹੁਤੇ ਜਿਹੜੇ ਹੈਗੇ ਉਹਨਾਂ ਕਿਸਾਨਾਂ ਵੱਲੋਂ ਇਹ ਆਖਿਆ ਗਿਆ ਕਿ ਇਹ ਜਿਹੜੀ ਕਿਸਾਨਾਂ ਨੇ ਇਹ ਚੀਜ਼ ਕੀਤੀ ਆ ਉਹ ਬਿਲਕੁਲ ਸਹੀ ਆ ਤੇ ਮੌਜੂਦਾ ਸਮੇਂ ਦੇ ਵਿੱਚ ਦੀਪ ਸਿੱਧੂ ਵੱਲੋਂ ਜਿਹੜੇ ਸਵਾਲ ਜਿਹੜੇ ਨੇ ਉਹ ਵੱਡੇ ਸਵਾਲ ਉਠਾਤੇ ਗਏ ਨੇ ਦੱਸਦੇ ਚੱਲੇ ਕਿ 26 ਜਨਵਰੀ ਤੋਂ ਬਾਅਦ ਦੀਪ ਸਿੱਧੂ ਜਿਹੜੇ ਹੈਗੇ ਉਹ ਟਾਵੇਂ ਦਿਨਾਂ ਦੇ ਵਿੱਚ ਹੀ ਕਿਸਾਨੀ ਅੰਦੋਲਨ ਦੇ ਵਿੱਚ ਦਿਖਾਈ ਦਿੱਤੇ ਮੋਰਚਾ ਸ਼ੁਰੂ ਹੁੰਦਿਆ ਸੀ ਜਿਹੜਾ ਰੇਡ ਕਾਇਆ ਜਿਹੜਾ ਰੇਡ ਕਾ ਜਿਹੜਾ ਆ ਉਹ ਕਿਸਾਨ ਆਗੂਆਂ ਅਤੇ ਦੀਪਸਿੱਧੂ ਦੇ ਵਿਚਾਰ ਚੱਲਦਾ ਰਿਹਾ ਜਾਇਓ ਮੈਂ ਕਹਿ ਲਿਆ ਕਿ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਇਹਨਾਂ ਦੀ ਕਿਤੇ ਨਹੀਂ ਬਣੀ ਉਸ ਤੋਂ ਬਾਅਦ ਜਦੋਂ 26 ਜਨਵਰੀ ਤੋਂ ਪਹਿਲਾਂ ਜਿਹੜੀ ਹੈਗੀ ਸਟੇਜ ਦੇ ਉੱਪਰ ਵੀ ਕੁਝ ਨੌਜਵਾਨ ਚੜਾਉਂਦੇ ਨੇ ਕੁਝ ਨੌਜਵਾਨ ਆਉਂਦੇ ਨੇ ਉੱਥੇ ਵੀ ਨਾਮ ਜੜਾਇਆ ਦੀਪਸਿੱਧੂ ਦਾ ਆਉਂਦਾ ਆ ਉਸ ਤੋਂ ਬਾਅਦ ਜੇਕਰ 26 ਜਨਵਰੀ ਤੋਂ ਵਾਦੀ ਗੱਲ ਕਰਾਂ ਤਾਂ ਸਟੇਜ ਦੇ ਉੱਪਰੋਂ ਨਾਰੇ ਲੱਗਦੇ ਨੇ ਦੀਪਸਿੱਧੂ ਮਰਦਾਬਾਦ ਲੱਖਾ ਸਦਾਣਾ ਮਰਦਾਬਾਦ ਅਤੇ ਗद्दार ਦੇ ਜਿਹੜੇ ਸਰਟੀਫਿਕੇਟ ਨੇ ਉਹ ਮੰਗੇ ਜਾਂਦੇ ਨੇ ਜਿੱਤੇ ਇਹ ਸਵਾਲ ਜਿਹੜੇ ਆ ਖੜੇ ਕਰਦਾ ਆ ਬਲਵੀਰ ਸਿੰਘ ਰਾਜੇਵਾਲ ਦੇ ਉੱਪਰ ਸਵਾਲ ਜਿਹੜੇ ਹੈਗੇ ਆ ਉਹ ਇਕੱਲੇ ਦੀਪ ਸਿੱਧੂ ਵੱਲੋਂ ਨਹੀਂ ਖੜੇ ਕੀਤੇ ਗਏ ਇਹ ਸਵਾਲ ਜਿਹੜੇ ਹੋਰ ਵੀ ਕਿਸਾਨਾਂ ਵੱਲੋਂ ਜਿਹੜੇ ਹੈਗੇ ਨੇ ਕਿਸਾਨਾਂ ਗੁੱਵਾਂ ਵੱਲੋਂ ਖੜੇ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਵੀ ਖੜੇ ਕੀਤੇ ਹੁਣ ਜਿਹੜੇ ਹੈਗੇ ਆ ਅਮਰਜੀਤ ਸਿੰਘ ਰਾੜਾ ਵੱਲੋਂ ਵੀ ਸਵਾਲ ਜਿਹੜੇ ਆ ਖੜੇ ਕੀਤੇ ਗਏ ਆ ਕਿ ਇਸ ਜਿਹੜੀ ਚਿੱਠੀ ਜੋ ਲਿਖੀ ਗਈ ਸੀ ਇਸ ਚਿੱਠੀ ਦੇ ਜਵਾਬ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਚਿੱਠੀ ਦੇ ਜਿਹੜੇ ਤੱਥਾਂ ਤੇ ਤੁਸੀਂ ਚਾਹਨਾ ਜਿਹੜਾ ਹੈਗਾ ਆ ਜ਼ਰੂਰ ਪਾਓ ਤਾਂ ਇਹ ਵੀ ਦੱਸਦੇ ਚਲੇ ਕਿ ਮੀਡੀਆ ਦੇ ਵਿੱਚ ਕਿਸਾਨਾਂ ਗੁੱ ਜਿਹੜੇ ਨੇ ਉਹ ਜ਼ਰੂਰ ਕਹਿੰਦੇ ਕਹੀ ਦਿੱਤੇ ਕਿ ਅਸੀਂ ਵਾਪਸ ਕਾਨੂੰਨ ਵਾਪਸ ਕਰਵਾ ਕੇ ਹੀ ਵਾਪਸ ਜਾਣਾ ਆ ਪਰ ਜੇਕਰ ਚਿੱਠੀ ਦੀ ਗੱਲ ਕਰੀਏ ਚਿੱਠੀ ਨੂੰ ਸਹੀ ਮੰਨੀਏ ਤਾਂ ਚਿੱਠੀ ਦੇ ਵਿੱਚ ਜ਼ਰੂਰ ਇੱਥੇ ਕਿਤੇ ਇਹ ਚੀਜ਼ ਗੱਲ ਨਹੀਂ ਲਿਖੀ ਗਈ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਆ ਉਹ ਵਾਪਸ ਕਰਵਾਉਣੇ ਆ ਉੱਥੇ ਇੱਕ ਦੇ ਸੋਧ ਦੀ ਇੱਕ ਕਾਨੂੰਨ ਦੇ ਖੋਸੋਧ ਦੀ ਗੱਲ ਹੁੰਦੀ ਆ ਤਾਂ ਦੂਸਰੇ ਕਾਨੂੰਨ ਨੂੰ ਸਟੇਟ ਦੇ ਉੱਪਰ ਪ੍ਰਭਾਅ ਸੂਬਾ ਸਰਕਾਰਾਂ ਦੇ ਉੱਪਰ ਛੱਡਣ ਦੀ ਗੱਲ ਹੁੰਦੀ ਆ ਤੇ ਤੀਸਰੀ ਦੇ ਉੱਪਰ ਤੀਸਰੀ ਜਿਹੜਾ ਹੈ ਕਾਨੂੰਨ ਦੇ ਉੱਪਰ ਇੱਕ ਕਮੇਟੀ ਬਣਾਈ ਜਾਣ ਦੀ ਜਿਹੜੀ ਗੱਲ ਆ ਉਹ ਕੀਤੀ ਜਾਂਦੀ ਆ ਸੋ ਤਸਵੀਰਾਂ ਤੁਸੀਂ ਇਸ ਵੇਲੇ ਜਿਹੜੀਆਂ ਨੇ ਉਹ ਉਸ ਚਿੱਠੀਆਂ ਦੇਖ ਰਿਹਾ ਹਾਂ ਜੋ ਚਿੱਠੀ ਜਿਹੜੀ ਹੈਗੀ ਆ ਪਿਛਲੇ ਦਿਨਾਂ ਤੋਂ ਵਾਇਰਲ ਹੋ ਰਹੀ ਆ ਹਾਲਾਂਕਿ ਇਸ ਚਿੱਠੀ ਦੇ ਉੱਪਰ ਕਿਤੇ ਵੀ ਕਿਸੇ ਕਿਸਾਨ ਆ ਗੂ ਦੀ ਕਿਸੇ ਤਰ੍ਹਾਂ ਦੇ ਦਸਤਕਤ ਜਿਹੜੇ ਆ ਉਹ ਦਿਖਾਈ ਨਹੀਂ ਦਿੰਦੇ ਕਿਸੇ ਤਰ੍ਹਾਂ ਦੀ ਮੋਹਰ ਜਿਹੜੀ ਹੈਗੀ ਆ ਉਹ ਨਿਕਾਈ ਨਹੀਂ ਦਿੰਦੀ ਪਰ ਫਿਰ ਵੀ ਸਵਾਲ ਜਿਹੜੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਉਠਾਏ ਜਾ ਰਹੇ ਆ ਉਹ ਦੂਸਰੇ ਪਾਸੇ ਜੇਕਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਗੱਲ ਕਰੀਏ ਤਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਵੱਲੋਂ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਹਾਲੇ ਤੱਕ ਮੀਡੀਆ ਦੇ ਵਿੱਚ ਨਹੀਂ ਆਇਆ ਕਿਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹਨਾਂ ਵੱਲੋਂ ਇਸ ਚਿੱਠੀ ਦੇ ਉੱਪਰ ਕਿਸੇ ਤਰ੍ਹਾਂ ਦਾ ਸਪਸ਼ਟੀਕਰਨ ਜਿਹੜਾ ਹੈਗਾ ਆ ਉਹ ਨਹੀਂ ਦਿੱਤਾ ਗਿਆ ਇੱਥੇ ਦੱਸ ਦਈਏ ਚੱਲੀ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਆਪਣੇ ਮੁੱਖ ਚਿਹਰੇ ਦੇ ਤੌਰ ਤੇ ਬਲਵੀਰ ਸਿੰਘ ਰਾਜੇਵਾਲ ਨੂੰ ਉਤਾਰਿਆ ਗਿਆ ਹੈ ਰਾਜਨੀਤਿਕ ਪਾਰਟੀ ਕਿਸਾਨਾਂ ਵੱਲੋਂ ਬਣਾ ਲਈ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਜੱਥੇਬੰਦੀਆਂ ਦੋ ਫਾੜ ਹੁੰਦੀਆਂ ਦਿਖਾਈ ਦਿੱਤੀਆਂ ਇੱਕ ਪਾਸੇ ਕਿਸਾਨ ਜੱਥੇਬੰਦੀਆਂ ਜਿਹੜੀਆਂ ਆਖਦੀਆਂ ਸੀ ਕਿ ਅਸੀਂ ਕਦੇ ਸਿਆਸਤ ਦੇ ਵਿੱਚ ਨਹੀਂ ਆਵਾਂਗੇ ਜਾਂ ਗੁਰਨਾਮ ਸਿੰਘ ਚਰੂਨੀ ਹੋਰਾਂ ਵੱਲੋਂ ਜਦੋਂ ਸਿਆਸਤ ਦੇ ਵਿੱਚ ਆਏ ਨੇ ਤਾਂ ਉਦੋਂ ਸਵਾਲ ਖੜੇ ਕੀਤੇ ਗਏ ਸੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਵੱਲੋਂ ਵੀ ਹੋਰ ਨਾਲ ਜੱਥੇਬੰਦੀਆਂ ਵੱਲੋਂ ਵੀ ਤਾਂ ਉਹ ਜੱਥੇਬੰਦੀਆਂ ਜਦੋਂ ਆਪ ਖੁਦ ਹੀ ਰਾਜਨੀਤਿਕ ਜਿਹੜਾ ਹੈ ਰਾਜਨੀਤਿਕ ਪੜ ਦੇ ਵਿੱਚ ਕੁੱਦ ਪੈਂਦੀਆਂ ਨੇ ਤਾਂ ਉਸ ਤੋਂ ਬਾਅਦ ਹੋਰ ਨਾਲ ਜੱਥੇਬੰਦੀਆਂ ਵੱਲੋਂ ਵੀ ਸਵਾਲ ਇਹਨਾਂ ਦੇ ਉੱਪਰ ਖੜੇ ਕੀਤੇ ਜਾਂਦੇ ਨੇ ਬਹੁਤੇ ਕਿਸਾਨਾਂ ਵੱਲੋਂ ਵੀ ਇਹ ਸਵਾਲ ਖੜੇ ਕੀਤੇ ਜਾਂਦੇ ਨੇ ਪਰ ਮੁੱਖ ਸਵਾਲ ਜਿਹੜਾ ਹੋ ਰਿਹਾ ਜੋ ਚਿੱਠੀ ਜਿਹੜੀ ਆ ਵਾਇਰਲ ਹੋ ਰਹੀ ਹੈ ਉਹ ਚਿੱਠੀ ਤੁਸੀਂ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋਵੋਗੇ